ਸਾਡੇ ਸਾਹਿਬਾਨ ਦੇ ਪਹਿਲੇ ਮੈਨੂੰ ਉਹਨਾਂ ਨੇ ਇਹ ਕਿਹਾ ਸੀ ਉੱਚੀ 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 ਇਸ ਤਰ੍ਹਾਂ ਕਹੋ ਤੇ ਪਰਸੋਂ ਜੋ ਲਾਹੌਰ ਜਿਹੜੀ ਮਹਿਫਲ ਹੋਈ ਹੈ ਉਹਦੇ ਚ ਮੈਨੂੰ ਉਹਨਾਂ ਨੇ ਇੱਕ ਹੋਰ ਅੰਦਾਜ਼ ਦੱਸਿਆ ਮੈਂ ਕਿਹਾ ਕੀ ਬਾਤ ਹੈ ਯਾਰ ਸੁਭਾਨ ਅੱਲਾਹ ਸੈਯਦਾਂ ਕੋ ਮਿਲਦੀ ਹਰ ਤਰ੍ਹਾਂ ਦੀ ਖੈਰਾਤ ਹੈ ਕਹਿੰਦੇ ਨੇ ਆਰਾਮ ਨਾਲ ਨਾ ਕਹੋ ਨਾ ਤੇਜ਼ ਨਾ ਕਹੋ ਉੱਚੀ 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 Ali, 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 Ali,